ਇਰਾਨ ਨੇ ਇਸਰਾਇਲ ਤੇ ਹਮਲਾ ਗਜ਼ਾ ਦੀ ਵਜ੍ਹਾ ਤੋਂ ਨਹੀਂ ਕੀਤਾ। ਇਰਾਨ ਨੇ ਇਸਰਾਇਲ ਤੇ ਹਮਲਾ ਕਿਉਂ ਕੀਤਾ ਇਹ ਵੇਖ ਲਓ ਵੀਡੀਓ। ਸਰਕਾਰ 1 ਅਪ੍ਰੈਲ ਨੂੰ ਸੀਰੀਆ ਦੀ ਇਰਾਨੀ ਅੰਬੈਸੀ ਤੇ ਇਸਰਾਇਲ 에ਅਰ ਸਟ੍ਰਾਈਕ ਕਰਦਾ, ਯਾਨੀ ਕਿ ਜਹਾਜ਼ ਤੋਂ ਮਿਜ਼ਾਈਲ ਮਾਰਦਾ ਤੇ ਉਹਨਾਂ ਦੀ ਅੰਬੈਸੀ ਉਡਾ ਦਿੰਦਾ ਜਿਹੜੀ ਸੀਰੀਆ 'ਚ, ਤੇ 16 ਬੰਦੇ ਮਰ ਜਾਂਦੇ ਤੇ ਜਿਹਦੇ 'ਚ ਉਹਨਾਂ ਦਾ ਸੀਨੀਅਰ ਕਮਾਂਡਰ ਜਿਹਨੂੰ ਇਸਲਾਮਿਕ ਰੈਜ਼ੋਲੂਸ਼ਨਰ ਕਮਾਂਡਰ ਵੀ ਕਹਿੰਦੇ ਨੇ, ਜਿਹੜਾ ਇਨਕਲਾਬ ਲੈ ਕੇ ਆਇਆ ਇਸਲਾਮਿਕ ਇਹਦੇ 'ਚ ਮੁਜਾਹਿਦੀਨ ਦੇ ਇੱਕ ਲਸ਼ਕਰ 'ਚ, ਉਹ ਵੀ ਕਤਲ ਹੋ ਜਾਂਦਾ ਤੇ ਇਰਾਨ ਨੂੰ ਇਸ ਗੱਲ ਦਾ ਬੜਾ ਗੁੱਸਾ ਹੁੰਦਾ ਤੇ ਇਰਾਨ ਅੱਜ ਤੋਂ 3 ਦਿਨ ਪਹਿਲਾਂ ਇਸਰਾਇਲ ਤੇ ਕੋਈ 350-400 ਮਿਜ਼ਾਈਲ ਡਰੋਨ ਅਟੈਕਸ ਕਰਦਾ ਲੇਕਿਨ ਨਾਕਾਮ ਹੁੰਦਾ ਤੇ ਜਿਹੜਾ ਇਸਰਾਇਲ ਦਾ ਐਂਟੀ ਡੂਮ ਸਿਸਟਮ ਹੈ, ਐਂਟੀ ਡੂਮ ਸਿਸਟਮ ਉਹ ਹੈ ਜਿਹੜਾ ਹਵਾ ਚ ਜਿਹੜੇ ਮਿਜ਼ਾਈਲ ਇਸਰਾਇਲ ਚ ਆ ਕੇ ਡਿੱਗਣ ਵਾਲੇ ਹੁੰਦੇ ਨੇ ਉਹਨਾਂ ਚੋਂ ਹਵਾ ਚ ਹੀ ਖਤਮ ਕਰ ਦਿੰਦਾ। ਤੇ ਇਸਰਾਇਲ ਕੀ ਕਰਦਾ ਕਿ ਉਹਨਾਂ ਦਾ ਐਂਟੀ ਡੂਮ ਸਿਸਟਮ ਤੇ ਅਮਰੀਕਾ ਦੇ ਜਹਾਜ਼ ਤੇ ਬਰਤਾਨੀਆ ਦੇ ਜਹਾਜ਼ ਤੇ ਫਰਾਂਸ ਦੇ ਜਹਾਜ਼, ਉਹ ਜਿਹੜੇ ਇਰਾਨੀ 350 ਮਿਜ਼ਾਈਲ ਹੁੰਦੇ ਨੇ ਉਹਨਾਂ ਚੋਂ ਉਹਨਾਂ ਨੂੰ ਹਵਾ ਚ ਖਤਮ ਕਰ ਦਿੰਦੇ ਨੇ। 5-6 ਮਿਜ਼ਾਈਲ ਇਸਰਾਇਲ ਚ ਡਿੱਗਦੇ ਨੇ ਲੇਕਿਨ ਇਸਰਾਇਲ ਕਲੇਮ ਕਰਦਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਆ, ਆਓ ਸਾਡਾ ਏਅਰਬੇਸ ਤੇ ਇਹਨਾਂ ਦੇ ਮਿਜ਼ਾਈਲ ਡਿੱਗੇ ਨੇ। ਜ਼ਾਹਿਰੀ ਗੱਲ ਹੈ ਕਿ 350-400 ਮਿਜ਼ਾਈਲ ਸੀ ਜਿਹੜਾ ਐਂਟੀ ਡੂਮ ਸਿਸਟਮ ਸੀ, ਉਹ ਉਹਨੇ ਪੂਰੀ ਕੋਸ਼ਿਸ਼ ਕੀਤੀ ਕਿ ਸਾਰੇ ਮਿਜ਼ਾਈਲਾਂ ਨੂੰ ਤਬਾਹ ਕਰੇ ਲੇਕਿਨ ਨਹੀਂ ਕਰ ਸਕਿਆ ਤੇ 7-8 ਮਿਜ਼ਾਈਲ ਇਸਰਾਇਲ ਚ ਦਾਖਲ ਹੋ ਗਏ ਤੇ ਡਿੱਗ ਗਏ ਤੇ ਇਸਰਾਇਲ ਦਾ ਕੁਝ $125 ਅਰਬ ਇਹਦੇ ਤੇ ਲੱਗਿਆ। ਉਹਨੂੰ ਇਸਰਾਇਲ ਨੂੰ ਨੁਕਸਾਨ ਸਿਰਫ ਮਈਸ਼ਤ ਦਾ ਹੋਇਆ ਜਿਹੜਾ $125 ਅਰਬ ਹੈ, ਜਿਹੜਾ ਇਸਰਾਇਲ ਪੂਰਾ ਕਰ ਲਏਗਾ ਸਾਡੇ ਤੋਂ ਥਰਡ ਵਰਲਡ ਕੰਟਰੀਜ਼ ਤੋਂ, ਅਮਰੀਕਾ ਉਹਦੀ ਮਦਦ ਕਰ ਦੇਗਾ, ਬਰਤਾਨੀਆ ਉਹਦੀ ਮਦਦ ਕਰ ਦੇਗਾ ਵਗੈਰਾ ਵਗੈਰਾ। ਲੇਕਿਨ ਆਵਾਮ ਨੂੰ ਇੰਜ ਲੱਗਦਾ ਹੈ ਕਿ ਜਿਹੜੇ ਇਰਾਨ ਨੇ ਉਹਦੇ ਤੇ 350 ਮਿਜ਼ਾਈਲ ਫਾਇਰ ਕੀਤੇ ਨੇ, ਇਸ ਲਈ ਕੀਤੇ ਨੇ ਕਿ ਇਸਰਾਇਲ ਗਜ਼ਾ ਚ ਟੈਰਰਿਜ਼ਮ ਕਰ ਰਿਹਾ, ਇਸਰਾਇਲ ਗਜ਼ਾ ਚ ਮੁਸਲਮਾਨਾਂ ਨੂੰ ਮਾਰ ਰਿਹਾ। ਇਹੋ ਜਿਹਾ ਕੋਈ ਚੱਕਰ ਨਹੀਂ ਹੈ। ਇਰਾਨ ਨੇ ਆਪਣੇ ਮਫਾਦ ਲਈ ਆਪਣੀ ਅੰਬੈਸੀ ਤੇ ਜਿਹੜਾ ਸੀਰੀਆ ਚ ਹਮਲਾ ਹੋਇਆ ਸੀ ਉਹਦੀ ਵਜ੍ਹਾ ਤੋਂ 350 ਮਿਜ਼ਾਈਲ ਸੁੱਟੇ ਨੇ, ਲੇਕਿਨ ਤੁਹਾਡੇ ਸੋਸ਼ਲ ਮੀਡੀਆ ਤੇ ਤੁਹਾਡੀ ਜਾਹਲ ਆਵਾਮ ਨੇ ਕੰਮ ਚੁੱਕਤਾ ਜੀ, ਐਲੋ ਜੀ ਇਰਾਨ ਨੇ ਬਦਲਾ ਲੈ ਲਿਆ ਇਸਰਾਇਲ ਤੋਂ, ਜਿਹੜਾ ਇਸਰਾਇਲ ਗਜ਼ਾ ਚ ਕੰਮ ਪਾ ਰਿਹਾ ਤੇ ਇਰਾਨ ਨੂੰ ਗੁੱਸਾ ਆਇਆ ਤੇ ਉਹਨੇ ਕਿਹਾ ਕਿ ਬਸ ਬਹੁਤ ਹੋ ਗਈ, ਅਸੀਂ ਹੁਣ ਤੈਨੂੰ ਨਹੀਂ ਛੱਡਣਾ, ਅਸੀਂ ਹੁਣ ਜਿਹੜਾ ਇਸਰਾਇਲ ਹੈ ਉਹਨੂੰ ਵਾਪਸ ਲੈਣਾ ਹੈ ਤੇ ਅਸੀਂ ਤੇਰੇ ਤੇ ਹਮਲੇ ਕਰ ਰਹੇ ਹਾਂ। ਏਡੀ ਕੁ ਜਾਹਲ ਆਵਾਮ ਹੈ ਨਾ, ਏਡਾ ਕੁ ਜਾਹਲ ਪ੍ਰੋਪੋਗੰਡਾ ਤੇ ਆਵਾਮ ਨੂੰ ਇਹ ਪਤਾ ਹੀ ਨਹੀਂ ਹੈ ਕਿ ਇਰਾਨ ਨੇ ਇਹ ਕੀਤਾ ਕਿਉਂ ਸੀ। ਤੇ ਹੁਣ ਗੱਲ ਹੈ ਕਿ ਤੁਸੀਂ ਜਿੰਨੀ ਮਰਜ਼ੀ ਕੋਕਾ ਕੋਲਾ ਛੱਡ ਦਿਓ, ਜਿੰਨੇ ਮਰਜ਼ੀ ਮੈਕਡੋਨਲਡ ਨਾ ਖਾਓ, ਇਸਰਾਇਲ ਨੂੰ ਨੁਕਸਾਨ ਜ਼ਰੂਰ ਹੋ ਲਿਆ ਲੇਕਿਨ ਇਸਰਾਇਲ ਉਹ ਕਰ ਰਿਹਾ ਜੋ ਉਹਨੇ ਕਰਨਾ ਹੈ। ਇਸਰਾਇਲ ਨੇ ਉਹੀ ਕੰਮ ਚੁੱਕਿਆ ਹੋਇਆ ਗਜ਼ਾ ਚ ਜੋ ਉਹ ਪਿਛਲੇ 1 ਸਾਲ ਤੋਂ ਕਰ ਰਿਹਾ। ਇਰਾਨ ਤੋਂ ਇਸਰਾਇਲ 1000 ਕਿਲੋਮੀਟਰ ਦਾ ਫਾਸਲਾ, 1000 ਕਿਲੋਮੀਟਰ ਦੀ ਜਿਹੜੀ ਟੈਕਨੋਲੋਜੀ ਹੈ ਉਹ ਇਰਾਨ ਕੋਲ ਹੈ, ਲੇਕਿਨ ਇਰਾਨ ਤੇ ਕਿਉਂਕਿ ਸੈਂਕਸ਼ਨ ਲੱਗੀਆਂ ਹੋਈਆਂ ਨੇ, ਪੂਰੀ ਦੁਨੀਆ ਨੇ ਲਾਈਆਂ ਹੋਈਆਂ ਨੇ, ਕਿਉਂਕਿ ਉਹ ਕੈਮੀਕਲ ਮਿਜ਼ਾਈਲ ਤੇ ਉਹ ਇਲੀਗਲ ਮਿਜ਼ਾਈਲ ਬਣਾ ਰਹੇ ਆ ਜਿਹੜੇ ਯੂਨਾਈਟਿਡ ਨੇਸ਼ਨ ਨੇ ਮਨਾ ਕੀਤੇ ਹੋਏ ਨੇ, ਤੇ ਇਰਾਨ ਦਾ ਕੋਈ ਸਾਥ ਨਹੀਂ ਦੇ ਰਿਹਾ। ਲੇਕਿਨ ਸਾਡੀ ਆਵਾਮ ਜਿਹੜੀ ਪਾਕਿਸਤਾਨੀ ਆਵਾਮ ਤੇ ਕੁਝ ਮੁਸਲਮਾਨ ਹੈ ਨੇ ਜਿਨ੍ਹਾਂ ਨੂੰ ਰਿਸਰਚ ਕਰਨ ਦਾ ਨਾ ਸ਼ੌਕ ਹੈ ਨਾ ਉਹਨਾਂ ਨੂੰ ਦਿਲ ਕਰਦਾ ਕਿ ਅਸੀਂ ਪੜ੍ਹੀਏ, ਬਸ ਉਹਨਾਂ ਨੇ ਖੱਪ ਪਾਈ ਹੋਈ ਹੈ, ਵਾਹ ਜੀ ਵਾਹ ਇਰਾਨ ਨੇ ਇਸਰਾਇਲ ਤੇ ਹਮਲਾ ਕਰਤਾ ਤੇ ਉਹਨੇ ਗਜ਼ਾ ਦਾ ਬਦਲਾ ਲੈ ਲਿਆ। ਕੁਝ ਰਿਸਰਚ ਕਰਿਆ ਕਰੋ, ਕੁਝ ਪੜਿਆ ਕਰੋ। ਇਰਾਨ ਦੀ ਬਲੀ ਚ ਕੋਈ ਬਾਂ ਨਹੀਂ ਆਈ ਕਿ ਉਹ ਗਜ਼ਾ ਲਈ ਇਸਰਾਇਲ ਤੇ ਹਮਲਾ ਕਰੇ, ਉਹਨੂੰ ਕੋਈ ਸ਼ੌਕ ਨਹੀਂ। ਉਹਨੇ ਜਿਹੜਾ ਹਮਲਾ ਕੀਤਾ ਉਹ ਆਪਣੀ ਅੰਬੈਸੀ ਦੀ ਵਜ੍ਹਾ ਤੋਂ ਕੀਤਾ, ਆਪਣਾ ਜਿਹੜਾ ਕਮਾਂਡਰ ਮਰਿਆ ਉਹਦੀ ਵਜ੍ਹਾ ਤੋਂ ਕੀਤਾ, ਆਪਣੇ ਜਿਹੜੇ ਅੰਬੈਸੀ ਦੇ 16 ਬੰਦੇ ਮਰੇ ਨੇ ਉਹਦੀ ਵਜ੍ਹਾ ਤੋਂ ਕੀਤਾ, ਉਹਦੇ ਚ ਤੁਹਾਡਾ ਕੋਈ ਲੈਣ ਦੇਣ ਨਹੀਂ, ਸਾਡਾ ਕੋਈ ਲੈਣ ਦੇਣ ਨਹੀਂ। ਲੇਕਿਨ ਕਿਉਂਕਿ ਸਾਨੂੰ ਸ਼ੌਕ ਹੈ ਕਿ ਅਸੀਂ ਬੇਵਕੂਫਾਂ ਲਈ ਹਰਕਤਾਂ ਕਰਨੀਆਂ ਨੇ, ਅਸੀਂ ਬਗੈਰ ਰਿਸਰਚ ਕੀਤੇ ਬਗੈਰ ਸੋਚੇ ਸਮਝੇ ਅਸੀਂ ਬਸ ਕੰਮ ਚੁੱਕ ਦੇਣਾ, ਸੂਈ 20 ਦੇ ਕੰਮ 30 ਦੇ ਕਹਿ ਦੇਣਾ ਜੀ ਵਾਜਰਾ ਇਰਾਨ ਨੇ ਗਜ਼ਾ ਦਾ ਬਦਲਾ ਲੈ ਲਿਆ ਇਸਰਾਇਲ ਕੋਲੋਂ। ਇੰਜ ਕੁਝ ਵੀ ਨਹੀਂ ਹੈ ਯਾਰ। ਹੁਣ ਗੱਲ ਹੈ ਕਿ ਇਸਰਾਇਲ ਗਜ਼ਾ ਚ ਉਹੀ ਕਰ ਰਿਹਾ ਜੋ ਉਹ ਪਿਛਲੇ 1 ਸਾਲ ਤੋਂ ਕਰ ਰਿਹਾ।
ਰਿਹਾ, ਉੱਥੇ ਜ਼ੁਲਮ ਕਰ ਰਿਹਾ, ਉੱਥੇ ਮੁਸਲਮਾਨਾਂ ਨੂੰ ਮਾਰ ਰਿਹਾ, ਲੇਕਿਨ ਇਰਾਨ ਦਾ ਇਹਦੇ ਨਾਲ ਕੋਈ ਤਲਕ ਨਹੀਂ। ਅਗਰ ਤੁਹਾਨੂੰ ਲੱਗਦਾ ਕਿ ਇਰਾਨ ਉਹ ਬਦਲਾ ਲੈ ਰਿਹਾ, ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਇਰਾਨ ਆਪਣੇ ਮੁਫਾਦ ਲਈ ਜੋ ਕਰ ਰਿਹਾ ਉਹ ਕਰ ਰਿਹਾ, ਉਹਦੇ ਚ ਗਜ਼ਾ ਦਾ ਕੋਈ ਲੈਣ ਦੇਣ ਨਹੀਂ। ਇਹ ਵੀਲੋਗ ਕਰਨ ਦਾ ਮਕਸਦ ਸਿਰਫ ਇਹ ਹੈ ਕਿ ਪਹਿਲਾਂ ਰਿਸਰਚ ਕਰਿਆ ਕਰੋ, ਫਿਰ ਉਸ ਤੋਂ ਬਾਅਦ ਆ ਕੇ ਧਮਾਲਾਂ ਪਾਇਆ ਕਰੋ ਸੋਸ਼ਲ ਮੀਡੀਆ ਤੇ ਕਿ ਵਾਹ 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 ਕੀ ਹੋ ਗਿਆ, ਕੀ ਨਹੀਂ ਹੋਇਆ।